ਸਤਿ ਸ਼੍ਰੀ ਅਕਾਲ ਜੀ, ਮੈਂ ਲਵਪ੍ਰੀਤ ਕੌਰ ਹਸਰਾਂਝੇ ਸੰਦੀਪ ਦਿਓੜਾ ਦੁਆਰਾ ਲਿਖੀ ਗਈ ਕਹਾਣੀ ਪੁੱਛਾਂ ਵਾਲਾ ਬਾਬਾ ਦਾ ਭਾਗ ਅੱਠਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਬੋਲੇ ਤੋ ਇੰਜ ਕਰ, ਜਿਹੜਾ ਮੰਦਰੇ ਸਾਹਿਬ ਦਾ ਸਮਾਨ ਕੱਲ ਬੈਗ ਵਿੱਚ ਪਾਇਆ ਸੀ ਉਹ ਲਿਆ ਕੇ ਦਿਓ ਜੀ ਬਾਬਾ ਜੀ। ਆਖ ਬੋਲਿਆ ਅੰਦਰ ਬੈਗ ਲੈਣ ਚਲਾ ਜਾਂਦਾ ਹੈ ਮੰਤਰੀ ਜੀ। ਪੂਰੇ 5 ਕਰੋੜ ਰੁਪਏ ਹਨ, ਬਾਕੀ ਇਲੈਕਸ਼ਨਾਂ ਦੇ ਨੇੜੇ ਜਾ ਕੇ ਦੇਖ ਲਵਾਂਗਾ। ਠੀਕ ਆ ਬਾਬਾ ਜੀ, ਸ਼ੁਕਰੀਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪੋਲਾ ਬਾਹਰ ਮੰਤਰੀ ਸਾਹਿਬ ਦੀ ਗੱਡੀ ਵਿੱਚ ਪੈਸੇ ਰੱਖ ਆਉਂਦਾ ਆ। ਇਸ ਦੀ ਸੂਚਨਾ ਬਹਾਦਰ ਇੰਸਪੈਕਟਰ ਸੁਦੀਨ ਨੂੰ ਦੇ ਦਿੰਦਾ ਆ। ਇੰਸਪੈਕਟਰ ਸੁਦੀਨ ਮੰਤਰੀ ਚਿਰੇ ਆਉਣ ਤੋਂ ਪਹਿਲਾਂ ਹੀ ਨਾਕਾ ਲਾ ਕੇ ਚੈਕਿੰਗ ਕਰਨ ਲੱਗ ਜਾਂਦਾ ਆ। ਉਹ ਮੰਤਰੀ ਸਾਹਿਬ ਦੀ ਗੱਡੀ ਨੂੰ ਵੀ ਰੋਕ ਲੈਂਦਾ ਆ। ਕੀ ਗੱਲ ਹੋ ਗਈ ਡਰਾਈਵਰ ਸਾਹਿਬ, ਗੱਡੀ ਕਿਉਂ ਰੋਕੀ ਆ? ਜਨਾਬ ਅੱਗੇ ਚੈਕਿੰਗ ਚੱਲ ਰਹੀ ਆ। ਕਿਸ ਗੱਲ ਦੀ ਚੈਕਿੰਗ? ਜਾ ਕਾਕਾ, ਜਾ ਕੇ 10 ਪੁਲਿਸ ਵਾਲੇ ਨੂੰ ਮੰਤਰੀ ਸਾਹਿਬ ਦੀ ਗੱਡੀ ਆ ਅਤੇ ਰਸਤਾ ਕਲੀਅਰ ਕਰੇ। ਮੰਤਰੀ ਸਾਹਿਬ ਆਪਣੇ ਬੋਡੀਗਾਰਡ ਨੂੰ ਬਾਹਰ ਭੇਜਦੇ ਹਨ। ਇੰਸਪੈਕਟਰ ਸਾਹਿਬ, ਮੰਤਰੀ ਸਾਹਿਬ ਦਾ ਹੁਕਮ ਆ, ਰਸਤਾ ਕਲੀਅਰ ਕਰੋ, ਸਾਨੂੰ ਦੇਰ ਹੋ ਰਹੀ ਆ। ਮੈਂ ਗੱਲ ਕਰਦਾ ਹਾਂ। ਇੰਸਪੈਕਟਰ ਸੁਦੇਰਾ ਮੰਤਰੀ ਸਾਹਿਬ ਦੇ ਕੋਲ ਪਹੁੰਚ ਜਾਂਦਾ ਆ। ਜੈ ਹਿੰਦ ਸਰ। ਜੈ ਹਿੰਦ ਜੈ ਹਿੰਦ, ਕੀ ਗੱਲ, ਸਾਡਾ ਵੀ ਰਸਤਾ ਰੁਕੀ ਬੈਠਾ ਆ? ਜਲਦੀ ਨਾਲ ਕਲੀਅਰ ਕਰ, ਮੈਨੂੰ ਜ਼ਰੂਰੀ ਮੀਟਿੰਗ ਲਈ ਦੇਰ ਹੋ ਰਹੀ ਆ। ਮਾਫ਼ ਕਰਨਾ ਸਰ, ਚੈਕਿੰਗ ਕਰਵਾਏ ਬਿਨਾਂ ਕੋਈ ਵੀ ਗੱਡੀ ਅੱਗੇ ਨਹੀਂ ਜਾਵੇਗੀ, ਮੈਨੂੰ ਇਹ ਉੱਤੋਂ ਹੁਕਮ ਮਿਲੇ ਹਨ। ਕਿਸ ਨੇ ਦਿੱਤਾ ਇਹ ਹੁਕਮ? ਮੇਰੇ ਨਾਲ ਗੱਲ ਕਰਵਾ। ਸਰ ਇਹ ਇੱਕ ਸੀਕ੍ਰੇਟ ਮਿਸ਼ਨ ਆ, ਮੈਂ ਇਸ ਬਾਰੇ ਕੁਝ ਵੀ ਨਹੀਂ ਦੱਸ ਸਕਦਾ। ਤੁਸੀਂ ਗੱਡੀ ਚੈੱਕ ਕਰਵਾਓ ਅਤੇ ਜਾਓ। ਤੁਹਾਨੂੰ ਪਤਾ ਹੈ ਤੂੰ ਕਿਸ ਨਾਲ ਗੱਲ ਕਰ ਰਹੇ ਹਾਂ? ਜੀ ਬਿਲਕੁਲ, ਸਾਡੇ ਰਾਜ ਦੇ ਇੱਕ ਮੰਤਰੀ ਨਾਲ। ਪਲੈਨਿੰਗ ਮੁਤਾਬਿਕ ਥੋੜ੍ਹੇ ਹੀ ਸਮੇਂ ਵਿੱਚ ਮੀਡੀਆ ਵੀ ਉੱਥੇ ਪਹੁੰਚ ਜਾਂਦਾ ਹੈ। ਸੁਦੀਰ ਗੱਡੀ ਚੈਕਿੰਗ ਲਈ ਜਿੱਦ ਕਰਦਾ ਹੈ ਅਤੇ ਮੰਤਰੀ ਮੰਨਦਾ ਨਹੀਂ। ਮੰਤਰੀ ਗੁੱਸੇ ਵਿੱਚ SSP ਨੂੰ ਫੋਨ ਕਰਦਾ ਆ। ਜੈ ਹਿੰਦ ਮੰਤਰੀ ਸਾਹਿਬ। ਜੈ ਹਿੰਦ ਜੈ ਹਿੰਦ, ਇਹ ਕਿੱਥੋਂ ਅਜਿਹਾ ਬੰਦਾ ਲਗਾਇਆ ਹੈ ਤੂੰ ਮੇਰੇ ਇਲਾਕੇ ਵਿੱਚ? ਕੀ ਹੋਇਆ ਮੰਤਰੀ ਸਾਹਿਬ? ਕਹਿ ਰਿਹਾ ਹੈ ਚੈਕਿੰਗ ਚੱਲ ਰਹੀ ਆ ਅਤੇ ਤੁਹਾਡੀ ਗੱਡੀ ਦੀ ਵੀ ਚੈਕਿੰਗ ਹੋਵੇਗੀ। ਕੌਣ ਆ? ਮੇਰੇ ਨਾਲ ਗੱਲ ਕਰਵਾਓ। ਮੰਤਰੀ ਇਸ਼ਾਰੇ ਨਾਲ ਸੁਦੀਰ ਨੂੰ ਬੁਲਾ ਕੇ ਫੋਨ ਫੜਾ ਦਿੰਦਾ ਆ। ਲੈ ਗੱਲ ਕਰ। ਕੌਣ ਆ ਮੰਤਰੀ ਸਾਹਿਬ? ਜਦੋਂ ਗੱਲ ਕਰੇਗਾ ਤਾਂ ਪਤਾ ਵੀ ਚੱਲ ਜਾਵੇਗਾ। ਹੈਲੋ, ਮੈਂ SSP ਚੇਤਨ ਕੁਮਾਰ ਬੋਲ ਰਹੀ ਹਾਂ। ਜੈ ਹਿੰਦ ਸਾਹਿਬ। ਜੈ ਹਿੰਦ। ਮੰਤਰੀ ਸਾਹਿਬ ਦਾ ਕੀ ਮਸਲਾ ਆ? ਸਰ ਮਸਲਾ ਕੁਛ ਨਹੀਂ ਆ ਜੀ, ਕਵੀ ਤੋਂ ਕੁਛ ਅਸਖਾਮੀਆਂ ਖਬਰਾਂ ਆਈਆਂ ਹਨ, ਬਸ ਇਸ ਲਈ ਚੈਕਿੰਗ ਚੱਲ ਰਹੀ ਆ। ਤੂੰ ਮੰਤਰੀ ਸਾਹਿਬ ਨੂੰ ਜਾਣਦਾ? ਮਾਫ਼ੀ ਚਾਹੁੰਦਾ ਹਾਂ ਸਰ ਜੀ, ਪਰ ਸਾਰਾ ਮੀਡੀਆ 'ਤੇ ਹਾਜ਼ਰ ਆ। ਜਿਵੇਂ ਮੰਤਰੀ ਸਾਹਿਬ ਦੀ ਗੱਡੀ ਨੂੰ ਇੰਜ ਹੀ ਜਾਣ ਦਿੱਤਾ ਤਾਂ ਗਲਤ ਹੋਵੇਗਾ। ਜਦੋਂ ਮੈਂ ਤੈਨੂੰ ਕਹਿ ਰਿਹਾ ਹਾਂ ਤਾਂ ਤੈਨੂੰ ਕੀ ਸਮੱਸਿਆ ਆ? ਸਰ ਮੰਤਰੀ ਸਾਹਿਬ ਨੂੰ ਗੱਡੀ ਦੀ ਚੈਕਿੰਗ ਕਰਵਾਉਣ ਵਿੱਚ ਵੀ ਕੀ ਸਮੱਸਿਆ ਆ? ਤੂੰ ਆਪਣੇ ਸੀਨੀਅਰ ਨੂੰ ਜਵਾਬ ਦੇ ਰਿਹਾ ਆ? ਨਹੀਂ ਸਰ, ਮੈਂ ਤਾਂ ਆਪਣੀ ਡਿਊਟੀ ਕਰ ਰਿਹਾ ਹਾਂ। ਜੇ ਤੁਹਾਨੂੰ ਇਸ ਵਿੱਚ ਕੁਝ ਗਲਤ ਲੱਗ ਰਿਹਾ ਆ ਤਾਂ ਤੁਸੀਂ ਆਪ ਮੀਡੀਆ ਨੂੰ ਜਵਾਬ ਦਿਓ। ਓਕੇ ਓਕੇ, ਤੂੰ ਮੰਤਰੀ ਸਾਹਿਬ ਨੂੰ ਫੋਨ ਦੇ। ਸੁਦੀਰ ਮੰਤਰੀ ਸਾਹਿਬ ਨੂੰ ਫੋਨ ਫੜਾ ਦਿੰਦਾ ਆ। ਮੰਤਰੀ ਸਾਹਿਬ, ਮਾਫ਼ ਕਰਨਾ, ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦਾ। ਇੰਸਪੈਕਟਰ ਸੁਦੀਰ ਆਪਣੀ ਡਿਊਟੀ ਕਰ ਰਿਹਾ ਆ, ਤੁਸੀਂ ਗੱਡੀ ਦੀ ਚੈਕਿੰਗ ਕਰਵਾ ਦਿਓ। ਆਖ ਫੋਨ ਕਰ ਦਿੰਦਾ ਆ। ਮੰਤਰੀ ਹੈਲੋ ਹੈਲੋ ਕਰਦਾ ਹੀ ਰਹਿ ਜਾਂਦਾ ਆ। ਮੰਤਰੀ ਸਾਹਿਬ, ਗੱਡੀ ਦੀ ਤਲਾਸ਼ੀ ਲਵੋ। ਜੀ ਜਨਾਬ। ਡਰਾਈਵਰ ਸਾਹਿਬ, ਗੱਡੀ ਦੀ ਡਿੱਗੀ ਖੋਲ੍ਹੋ। ਡਰਾਈਵਰ ਡਿੱਗੀ ਖੋਲ੍ਹ ਦਿੰਦਾ ਆ। ਸਾਹਿਬ, ਡਿੱਗੀ ਵਿੱਚ ਉਹੀ ਬੈਗ ਆ ਜਿਸ ਦੀ ਸੂਚਨਾ ਮਿਲੀ ਸੀ। ਠੀਕ ਆ, ਬਾਹਰ ਕੱਢੋ। ਇੰਸਪੈਕਟਰ ਇਸ ਨੂੰ ਹੱਥ ਨਾ ਲਾਏ। ਮੰਤਰੀ ਬੋਲਦਾ ਆ। ਕਿਉਂ ਮੰਤਰੀ ਸਾਹਿਬ, ਇਸ ਵਿੱਚ ਕਿਹੜਾ ਜ਼ਹਿਰੀਲੇ ਸੱਪ ਭਰੇ ਹਨ? ਮੈਂ ਤੈਨੂੰ ਆਖ ਦਿੱਤਾ ਨਾ ਹੱਥ ਨਾ ਲਾਏ। ਮੁਨਸੀ ਸਾਹਿਬ, ਬਾਹਰ ਕੱਢੋ ਬੈਗ, ਮੈਂ ਦੇਖਣਾ ਚਾਹੁੰਦਾ ਹਾਂ ਕਿ ਆਖਿਰ ਹੈ ਕੀ ਇਸ ਬੈਗ ਵਿੱਚ। ਉਹ ਮੀਡੀਆ ਸਾਹਮਣੇ ਜਾਣ ਵੱਜ ਕੇ ਬੈਗ ਖੋਲ੍ਹਦੇ ਹਨ। ਬੈਗ ਨੋਟਾਂ ਦਾ ਭਰਿਆ ਹੁੰਦਾ ਆ। ਇਹ ਖਬਰ ਨਾਲ ਦੀ ਨਾਲ ਹਰ ਚੈਨਲ ਉੱਤੇ ਚੱਲ ਪੈਂਦੀ ਆ। ਮੰਤਰੀ ਸਾਹਿਬ, ਤੁਹਾਨੂੰ ਮੇਰੇ ਨਾਲ ਪੁਲਿਸ ਸਟੇਸ਼ਨ ਚੱਲਣਾ ਪਵੇਗਾ। ਤੇਰਾ ਦਿਮਾਗ ਤਾਂ ਟਿਕਾਣੇ ਆ, ਕੁਝ ਸੋਚ ਸਮਝ ਕੇ ਬੋਲ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਮੈਨੂੰ ਕੁਝ ਸੋਚ ਸਮਝ ਕੇ ਬੋਲਣਾ ਚਾਹੀਦਾ ਸੀ, ਕਿਉਂਕਿ ਮੈਂ ਕਿਸੇ ਮੰਤਰੀ ਨਾਲ ਨਹੀਂ ਮੁਜ਼ਰਿਮ ਨਾਲ ਗੱਲ ਕਰ ਰਿਹਾ ਹਾਂ। ਬਿਠਾ ਇਸ ਨੂੰ ਗੱਡੀ ਵਿੱਚ, ਪੁਲਿਸ ਸਟੇਸ਼ਨ ਚੱਲ ਕੇ ਪੁੱਛਦੇ ਆ ਕਿ 1,000 ਰੁਪਏ ਆਏ ਕਿੱਥੋਂ ਹਨ। ਸਾਰਾ ਮੀਡੀਆ ਵੀ ਇਹੀ ਗੱਲ ਕਰ ਰਿਹਾ ਆ। ਮੰਤਰੀ ਸਾਹਿਬ, ਇਹ ਪੈਸੇ ਕਿਸਦੇ ਹਨ ਅਤੇ ਕਿੱਥੋਂ ਆਏ ਹਨ? ਇਹ ਪੈਸੇ ਮੇਰੇ ਨਹੀਂ ਹਨ, ਮੈਂ ਇਸ ਬਾਰੇ ਕੁਝ ਵੀ ਨਹੀਂ ਜਾਣਦਾ। ਇਹ ਜ਼ਰੂਰ ਵਿਰੋਧੀ ਪਾਰਟੀ ਦੀ ਚਾਲ ਆ। ਮੰਤਰੀ ਸਾਹਿਬ ਇਹ ਜਵਾਬ ਦਿੰਦੇ ਹਨ। ਇੰਸਪੈਕਟਰ ਸੁਦੀਰ ਮੰਤਰੀ ਨੂੰ ਗੱਡੀ ਸਮੇਤ ਪੁਲਿਸ ਸਟੇਸ਼ਨ ਲੈ ਜਾਂਦਾ ਆ। ਮੰਤਰੀ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ।
ਸਵੇਰੇ ਪੁਲਿਸ ਸਟੇਸ਼ਨ ਲਿਜਾ ਕੇ ਪੁੱਛ ਗਿੱਛ ਕਰਦਾ ਹੈ। ਹਾਂਜੀ ਮੰਤਰੀ ਸਾਹਿਬ, ਇਹ ਪੈਸੇ ਕਿਸ ਦੇ ਹਨ? ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ, ਮੈਂ ਇਸ ਬਾਰੇ ਵਿੱਚ ਕੁਝ ਵੀ ਨਹੀਂ ਜਾਣਦਾ। ਇਹ ਜ਼ਰੂਰ ਵਿਰੋਧੀ ਪਾਰਟੀ ਦੀ ਚਾਲ ਹੈ, ਜੇਕਰ ਤੁਸੀਂ ਕੁਝ ਵੀ ਨਹੀਂ ਜਾਣਦੇ ਸੀ ਤਾਂ ਗੱਡੀ ਦੀ ਤਲਾਸ਼ੀ ਕਿਉਂ ਨਹੀਂ ਲੈਂਦੇ ਰਹੇ ਸੀ? ਉਹ ਤਾਂ ਮੈਨੂੰ ਜਲਦੀ ਸੀ, ਭਾਵੇਂ ਤੁਸੀਂ ਫੋਨ ਕਰਕੇ ਪਤਾ ਕਰ ਲਵੋ, ਹਾਈ ਕਮਾਂਡ ਦੀ ਮੀਟਿੰਗ ਸੀ, ਮੈਨੂੰ ਦੇਰ ਹੋ ਰਹੀ ਸੀ, ਇਸ ਲਈ ਮੈਂ ਜਲਦੀ ਕਰ ਰਿਹਾ ਸੀ। ਪਾਰਟੀ ਪ੍ਰਧਾਨ ਨੇ ਵੀ ਟੈਲੀਵਿਜ਼ਨ ਉੱਤੇ ਸਾਰੀ ਖਬਰ ਸੁਣ ਲਈ ਸੀ। ਇੰਸਪੈਕਟਰ ਸੁਦੀਪ ਦੇ ਫੋਨ ਕਰਨ ਤੋਂ ਪਹਿਲਾਂ ਹੀ, ਜੈ ਹਿੰਦ ਪ੍ਰਧਾਨ ਸਾਹਿਬ, ਮੈਂ ਇੰਸਪੈਕਟਰ ਸੁਦੀਪ ਬੋਲ ਰਿਹਾ ਹਾਂ। ਹਾਂਜੀ ਬੋਲੋ ਇੰਸਪੈਕਟਰ ਸਾਹਿਬ, ਤੁਹਾਡੇ ਕੋਲ ਇੱਕ ਅਹਿਮ ਜਾਣਕਾਰੀ ਚਾਹੀਦੀ ਆ। ਪੁੱਛੋ ਪੁੱਛੋ ਜੀ। ਤੁਹਾਡੇ ਇੱਕ ਮੰਤਰੀ ਸਾਹਿਬ ਨੂੰ ਅਸੀਂ 5 ਕਰੋੜ ਰੁਪਏ ਨਕਦੀ ਨਾਲ ਗ੍ਰਿਫਤਾਰ ਕੀਤਾ ਆ। ਉਹ ਕਹਿ ਰਹੇ ਹਨ ਕਿ ਅੱਜ ਕੋਈ ਪਾਰਟੀ ਦੀ ਅਹਿਮ ਮੀਟਿੰਗ ਲਈ ਉਹ ਤੁਹਾਡੇ ਕੋਲ ਆ ਰਹੇ ਸੀ। ਅੱਜ ਕੋਈ ਪਾਰਟੀ ਦੀ ਅਹਿਮ ਮੀਟਿੰਗ ਆ? ਨਹੀਂ ਇੰਸਪੈਕਟਰ ਸਾਹਿਬ, ਪਾਰਟੀ ਦੀ ਅਹਿਮ ਤਾਂ ਕੀ, ਕੋਈ ਆਮ ਮੀਟਿੰਗ ਵੀ ਨਹੀਂ ਸੀ ਜੀ, ਮੈਂ ਇਸ ਬਾਰੇ ਕੁਛ ਵੀ ਨਹੀਂ ਜਾਣਦਾ। ਪਾਰਟੀ ਪ੍ਰਧਾਨ ਸਾਫ਼ ਹੀ ਮਨ੍ਹਾ ਕਰ ਦਿੰਦਾ ਆ। ਹੁਣ ਦੱਸੋ ਮੰਤਰੀ ਜੀ, ਕੀ ਕਹਿਣਾ ਆ ਤੁਸੀਂ? ਬਾਕੀ ਬੋਲਣ ਤੋਂ ਪਹਿਲਾਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਕਿ ਸਾਰਾ ਮੀਡੀਆ ਅਜੇ ਵੀ ਪੁਲਿਸ ਸਟੇਸ਼ਨ ਦੇ ਬਾਹਰ ਹੀ ਖੜ੍ਹਾ ਆ। ਮੰਤਰੀ ਬਹੁਤ ਘਬਰਾ ਜਾਂਦਾ ਆ, ਮੰਤਰੀ ਬੁਰੀ ਤਰ੍ਹਾਂ ਫਸ ਚੁੱਕਾ ਹੁੰਦਾ ਆ। ਦੇਖੋ ਮੰਤਰੀ ਸਾਹਿਬ, ਹੁਣ ਤੁਹਾਡੇ ਕੋਲ 2 ਹੀ ਰਸਤੇ ਹਨ। ਪਹਿਲਾ ਇਹ ਕਿ ਤੁਸੀਂ ਕਬੂਲ ਕਰ ਲਵੋ ਕਿ ਸਾਰੇ ਪੈਸੇ ਤੁਹਾਡੇ ਹੀ ਹਨ, ਅਤੇ ਦੂਜਾ ਰਸਤਾ ਇਹ ਆ ਕਿ ਤੁਸੀਂ ਇਹ ਦੱਸ ਦਿਓ ਪੈਸੇ ਕਿਸ ਦੇ ਹਨ ਅਤੇ ਤੁਹਾਡੀ ਗੱਡੀ ਵਿੱਚ ਕਿਵੇਂ ਆਏ ਹਨ। ਦੇਖੋ ਇੰਸਪੈਕਟਰ ਸਾਹਿਬ, ਮੈਂ ਕੁਝ ਨਹੀਂ ਜਾਣਦਾ ਕਿ ਪੈਸੇ ਕਿਸ ਦੇ ਹਨ ਅਤੇ ਮੇਰੀ ਗੱਡੀ ਵਿੱਚ ਕਿੱਥੋਂ ਆਏ ਹਨ। ਜੇ ਤੁਸੀਂ ਮੈਨੂੰ 1000 ਵਾਰ ਵੀ ਪੁੱਛੋਗੇ ਤਾਂ ਵੀ ਮੇਰਾ ਜਵਾਬ ਇਹੀ ਹੋਵੇਗਾ। ਚਲੋ ਠੀਕ ਆ, ਫਿਰ ਮੈਂ ਬਾਹਰ ਮੀਡੀਆ ਵਾਲਿਆਂ ਨੂੰ ਕਹਿ ਦਿੰਦਾ ਹਾਂ ਕਿ ਮੰਤਰੀ ਇੱਕ ਟੋਲਾ ਮੱਲ ਮੰਨ ਚੁੱਕੇ ਹਨ ਕਿ ਸਾਰੇ ਪੈਸੇ ਇਹਨਾਂ ਦੇ ਹਨ, ਅਤੇ ਮੈਂ ਤੁਹਾਡੇ ਉੱਤੇ ਬਣਦੀ ਕਾਰਵਾਈ ਕਰ ਦਿੰਦਾ ਹਾਂ। ਦੇਖੋ ਇਲੈਕਸ਼ਨਾਂ ਦੇ ਦਿਨ ਹਨ, ਤੁਹਾਡੀ ਪਾਰਟੀ ਨੇ ਆਪਣੇ ਆਪ ਨੂੰ ਬਚਾਉਣ ਲਈ ਤੁਹਾਡਾ ਸਾਥ ਨਹੀਂ ਦੇਣਾ। ਤੁਸੀਂ ਪਾਰਟੀ ਪ੍ਰਧਾਨ ਦਾ ਜਵਾਬ ਤਾਂ ਸੁਣ ਹੀ ਚੁੱਕੇ ਹੋ, ਰਹੀ ਗੱਲ ਟਿਕਟ ਦੀ, ਉਹਨਾਂ ਨੇ ਤੁਹਾਡੀ ਮੈਂਬਰਸ਼ਿਪ ਵੀ ਖਤਮ ਕਰ ਦੇਣੀ ਹੈ। ਤੁਹਾਡਾ ਸਾਰਾ ਭਵਿੱਖ ਹਨੇਰੇ ਵਿੱਚ ਹੀ ਸਮਝੋ। ਤੁਸੀਂ ਮੇਰੇ ਤੋਂ ਚਾਹੁੰਦੇ ਕੀ ਹੋ? ਬਸ ਇਹੀ ਕਿ ਸੱਚ ਸੱਚ ਦੱਸੋ ਪੈਸੇ ਕਿਸ ਦੇ ਹਨ, ਜਦੋਂ ਮੈਨੂੰ ਪਤਾ ਹੀ ਨਹੀਂ ਤਾਂ ਮੈਂ ਕਿਸ ਦਾ ਨਾਂ ਲਵਾਂ? ਜਿਸ ਨੂੰ ਤੁਸੀਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸਕਦਾ ਉਸਨੇ ਹੀ ਸਾਰੀ ਸੂਚਨਾ ਸਾਡੇ ਤੱਕ ਭੇਜੀ ਹੋਵੇ। ਤੁਸੀਂ ਆਪ ਹੀ ਸਮਝੋ, ਜਿਹੜੀ ਗੱਲ ਕਮਰੇ ਦੀ 4 ਦੀਵਾਰੀ ਵਿੱਚ ਹੋਈ ਆ ਉਸਦਾ ਸਾਨੂੰ ਕਿਵੇਂ ਪਤਾ ਚੱਲ ਗਿਆ? ਇਹ ਤਾਂ ਹੋ ਸਕਦਾ ਆ ਜੇ ਵਿਚਲੇ ਬੰਦੇ ਨੇ ਹੀ ਸਾਨੂੰ ਸਾਰੀ ਜਾਣਕਾਰੀ ਦਿੱਤੀ ਹੋਵੇ। ਤੁਹਾਨੂੰ ਬਦਨਾਮ ਕਰਨ ਲਈ ਉਸਨੇ ਵਿਰੋਧੀ ਪਾਰਟੀ ਤੋਂ ਵੀ ਰੁਪਏ ਲਏ ਹੋਣ। ਇੰਸਪੈਕਟਰ ਦੀ ਆਖੀ ਗੱਲ ਮੰਤਰੀ ਨੂੰ ਸੋਚਣ ਲਈ ਮਜਬੂਰ ਕਰ ਦਿੰਦੀ ਆ। ਬਾਬਾ ਤੂੰ ਚੰਗਾ ਨਹੀਂ ਕੀਤਾ, ਮੈਨੂੰ ਫਸਾ ਕੇ ਤੈਨੂੰ ਇਸ ਸਭ ਦਾ ਮੁੱਲ ਚੁਕਾਉਣਾ ਪਵੇਗਾ। ਮੈਂ ਕੁਝ ਸਮਝਿਆ ਨਹੀਂ ਮੰਤਰੀ ਜੀ, ਤੁਸੀਂ ਕੀ ਕਹਿ ਰਹੇ ਹੋ? ਇੰਸਪੈਕਟਰ ਨੂੰ ਪਤਾ ਚੱਲ ਗਿਆ ਸੀ ਕਿ ਤੀਰ ਜਮ੍ਹਾਂ ਹੀ ਮੱਛੀ ਦੀ ਅੱਖ ਵਿੱਚ ਜਾ ਕੇ ਲੱਗਿਆ ਆ। ਉਸਨੇ ਜਾਣਬੁੱਝ ਕੇ ਭੋਲੇ ਜਿਹੇ ਬਣ ਕੇ ਮੰਤਰੀ ਨੂੰ ਪੁੱਛਿਆ, ਇੰਸਪੈਕਟਰ ਸਾਹਿਬ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਇਹ ਸਾਰਾ ਕੰਮ ਕਰਮੇ ਬਾਬੇ ਦਾ ਹੀ ਕੀਤਾ ਆ। ਮੈਂ ਅੱਜ ਸਵੇਰੇ ਉਸਨੂੰ ਮਿਲਣ ਗਿਆ ਸੀ, ਹੋ ਸਕਦਾ ਉਸਨੇ ਮੈਨੂੰ ਗੱਲਾਂ ਵਿੱਚ ਉਲਝਾ ਕੇ ਮੇਰੀ ਗੱਡੀ ਵਿੱਚ ਪੈਸੇ ਰਖਵਾ ਦਿੱਤੇ ਹੋਣ। ਪਰ ਤੁਹਾਡਾ ਡਰਾਈਵਰ ਵੀ ਤਾਂ ਹੋਵੇਗਾ ਗੱਡੀ ਕੋਲ, ਡਰਾਈਵਰ ਨੂੰ ਹੋ ਸਕਦਾ ਹੈ ਉਸਨੇ ਆਪਣੇ ਨਾਲ ਮਿਲਾ ਲਿਆ ਹੋਵੇ। ਇਸ ਦਾ ਸਬੂਤ ਆਪਾਂ ਨੂੰ ਉਸਦੇ ਕੈਮਰੇ ਦੀ ਰਿਕਾਰਡਿੰਗ ਤੋਂ ਮਿਲ ਜਾਣਾ ਆ। ਤੁਸੀਂ ਜਲਦੀ ਨਾਲ ਉੱਥੇ ਚੱਲੋ, ਕਿਤੇ ਉਹ ਰਿਕਾਰਡਿੰਗ ਡਿਲੀਟ ਹੀ ਨਾ ਕਰ ਦੇਵੇ। ਸੁਦੀਰ ਪੁਲਿਸ ਦੀਆਂ 2 ਗੱਡੀਆਂ ਲੈ ਕੇ ਕਰਮੀ ਦੀ ਕੋਠੀ ਵੱਲ ਚਲਾ ਜਾਂਦਾ ਆ। ਸਾਰਾ ਮੀਡੀਆ ਵੀ ਉਸਦੇ ਮਗਰ ਮਗਰ ਕਰਮੀ ਦੀ ਕੋਠੀ ਵੱਲ ਹੀ ਚੱਲ ਪੈਂਦਾ ਆ। ਉਹ ਜਲਦੀ ਹੀ ਕਰਮੀ ਦੀ ਕੋਠੀ ਪਹੁੰਚ ਜਾਂਦੇ ਹਨ। ਕੋਠੀ ਦੇ ਬਾਹਰ ਖੜ੍ਹਾ ਸਿਕਿਉਰਿਟੀ ਵਾਲਾ ਉਹਨਾਂ ਨੂੰ ਰੋਕਦਾ ਹੈ। ਸਰਦਾਰ ਜੀ, ਮੈਂ ਅੰਦਰ ਬਾਬਾ ਜੀ ਨੂੰ ਪੁੱਛ ਕੇ ਆਉਂਦਾ ਹਾਂ, ਤੁਸੀਂ ਬਾਹਰ ਇੰਤਜ਼ਾਰ ਕਰੋ। ਅੱਜ ਅਸੀਂ ਤੇਰੇ ਬਾਬੇ ਦੇ ਦਰਸ਼ਨਾਂ ਲਈ ਨਹੀਂ, ਅੱਜ ਅਸੀਂ ਡਿਊਟੀ ਉੱਤੇ ਹਾਂ, ਅਤੇ ਤੂੰ ਵੀ ਰੋਕਣ ਦੀ ਕੋਸ਼ਿਸ਼ ਨਾ ਕਰੀਂ। ਰੋਕਣਾ ਮੇਰੀ ਡਿਊਟੀ ਆ ਜੀ, ਮੈਂ ਤੁਹਾਨੂੰ ਇੰਝ ਅੰਦਰ ਨਹੀਂ ਜਾਣ ਦੇ ਸਕਦਾ। ਰਾਮ ਸਿੰਘ ਪੁਲਿਸ ਅਫਸਰ ਨੂੰ ਡਿਊਟੀ ਕਰਨ ਤੋਂ ਰੋਕਣ ਦੇ ਜੁਰਮ ਵਿੱਚ ਇਸ ਨੂੰ ਗ੍ਰਿਫਤਾਰ ਕਰ ਲਵੋ। ਇੰਸਪੈਕਟਰ ਸੁਦੀਪ ਹਵਲਦਾਰ ਨੂੰ ਹੁਕਮ ਦਿੰਦਾ ਆ। ਇੰਸਪੈਕਟਰ ਸਾਰੀ ਪਾਰਟੀ ਲੈ ਕੇ ਅੰਦਰ ਚਲਾ ਜਾਂਦਾ ਆ, ਮੀਡੀਆ ਵੀ ਨਾਲ ਹੀ ਹੁੰਦਾ ਆ। ਕਰਮਾ ਦੇਖ ਕੇ ਹੈਰਾਨ ਹੋ ਜਾਂਦਾ ਆ। ਜੈ ਹੋ ਮਹਾਰਾਜ ਇੰਸਪੈਕਟਰ ਸਾਹਿਬ, ਕਿਵੇਂ ਪੂਰੀ ਫੌਜ ਲੈ ਕੇ ਚੜ੍ਹਾਈ ਕੀਤੀ ਆ, ਹੁਣੇ ਹੀ ਪਤਾ ਲੱਗ ਜਾਵੇਗਾ। ਚੈੱਕ ਕਰੋ ਨਛੱਤਰ ਸਿੰਘ ਕੈਮਰਿਆਂ ਦੀ ਰਿਕਾਰਡਿੰਗ। ਜੀ ਸਾਹਿਬ, ਨਛੱਤਰ ਸਿੰਘ ਰਿਕਾਰਡਿੰਗ ਚੈੱਕ ਕਰਨ ਲੱਗ ਜਾਂਦਾ ਆ।
ਬਾਬੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹੁੰਦਾ ਕਿ ਇਹ ਸਭ ਕੁਝ ਕੀ ਹੋ ਰਿਹਾ ਆ। ਮੇਰੇ ਘਰ ਵਿੱਚ ਮੇਰੀ ਇਜਾਜ਼ਤ ਲਈ ਬਿਨਾਂ ਤੁਸੀਂ ਕੀ ਕਰ ਰਹੇ ਹੋ? 5 ਮਿੰਟ ਤਸੱਲੀ ਰੱਖੋ, ਸਾਰਾ ਕੁਝ ਪਤਾ ਚੱਲ ਜਾਵੇਗਾ। ਸਰ, ਮੰਤਰੀ ਸਾਹਿਬ ਠੀਕ ਕਹਿ ਰਹੇ ਲੱਗਦੇ ਹਨ। ਰਿਕਾਰਡਿੰਗ ਤੋਂ ਇੰਝ ਹੀ ਲੱਗ ਰਿਹਾ ਜਿਵੇਂ ਉਹ ਇਸ ਬਾਰੇ ਵਿੱਚ ਕੁਝ ਵੀ ਨਹੀਂ ਜਾਣਦੇ। ਇਹ ਦੇਖੋ, ਪਹਿਲਾਂ ਭੋਲੇ ਨੇ ਡਰਾਈਵਰ ਤੋਂ ਗੱਡੀ ਦੀ ਚਾਬੀ ਲਈ ਅਤੇ ਉਸਨੂੰ ਅੰਦਰ ਭੇਜ ਦਿੱਤਾ। ਥੋੜ੍ਹੀ ਦੇਰ ਬਾਅਦ ਹੀ ਉਹ ਗੱਡੀ ਵਿੱਚ ਬੈਗ ਰੱਖਦਾ ਹੈ ਅਤੇ ਅੰਦਰ ਚਲਾ ਜਾਂਦਾ ਆ। ਰਿਕਾਰਡਿੰਗ ਦੇਖ ਤਾਂ ਬਿਲਕੁਲ ਸਾਫ਼ ਹੋ ਗਿਆ ਆ ਕਿ ਇਸ ਵਿੱਚ ਮੰਤਰੀ ਸਾਹਿਬ ਦਾ ਕੋਈ ਹੱਥ ਨਹੀਂ ਆ। ਤੁਹਾਨੂੰ ਕੁਝ ਕਹਿਣਾ ਹੈ ਇਸ ਬਾਰੇ ਵਿੱਚ? ਬਾਬਾ ਜੀ, ਮੈਂ ਕੀ ਕਹਿਣਾ ਆ, ਭੋਲੇ ਨੂੰ ਪੁੱਛੋ, ਮੈਂ ਇਸ ਬਾਰੇ ਵਿੱਚ ਮੈਂ ਤਾਂ ਕੁਛ ਵੀ ਨਹੀਂ ਜਾਣਦਾ। ਨਛੱਤਰ, ਤੂੰ ਸਾਰੀ ਰਿਕਾਰਡਿੰਗ ਆਪਣੇ ਕਬਜ਼ੇ ਵਿੱਚ ਕਰ ਅਤੇ ਮੁਨਸੀ ਸਾਹਿਬ ਤੁਸੀਂ ਭੋਲੇ ਨੂੰ ਗ੍ਰਿਫਤਾਰ ਕਰ ਲਵੋ। ਜੀ ਜਨਾਬ। ਮੁਨਸੀ ਭੋਲੇ ਨੂੰ ਗ੍ਰਿਫਤਾਰ ਕਰ ਲੈਂਦਾ ਆ। ਮੇਰਾ ਕੀ ਜੁਰਮ ਆ ਜਨਾਬ, ਮੈਨੂੰ ਕਿਉਂ ਗ੍ਰਿਫਤਾਰ ਕਰ ਰਹੇ ਹੋ ਤੁਸੀਂ? ਤੂੰ ਘਬਰਾ ਨਾ ਭੋਲਿਆ, ਸਾਡੇ ਨਾਲ ਚੱਲ, ਉੱਥੇ ਤੈਨੂੰ ਸਭ ਕੁਝ ਵਿਸਥਾਰ ਪੂਰਵਕ ਦੱਸਾਂਗੇ। ਤਕਲੀਫ ਲਈ ਮਾਫ਼ੀ ਬਾਬਾ ਜੀ, ਪਰ ਤੁਹਾਨੂੰ ਜਦੋਂ ਪੁਲਿਸ ਸਟੇਸ਼ਨ ਬੁਲਾਇਆ ਜਾਣਾ ਆ। ਆਖ, ਪੁਲਿਸ ਪਾਰਟੀ ਭੋਲੇ ਨੂੰ ਗ੍ਰਿਫਤਾਰ ਕਰਕੇ ਚਲੀ ਜਾਂਦੀ ਆ। ਮੀਡੀਆ ਸਾਰੀਆਂ ਹੀ ਖਬਰਾਂ ਨਾਲ ਨਾਲ ਦੀ ਨਾਲ ਟੈਲੀਵਿਜ਼ਨ ਉੱਤੇ ਦਿਖਾਇਆ ਰਿਹਾ ਹੁੰਦਾ ਆ। ਨਮਸਕਾਰ, ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ। ਕਰਮੇ ਬਾਬੇ ਦੀ ਕੋਠੀ ਦੀ ਰਿਕਾਰਡਿੰਗ ਨੇ ਖੋਲ੍ਹੇ ਸਾਰੇ ਰਾਜ। ਮੰਤਰੀ ਦੀ ਗੱਡੀ ਵਿੱਚ ਬਾਬੇ ਕਰਮੇ ਦੇ ਸੇਵਕ ਭੋਲੇ ਨੇ ਰੱਖਿਆ ਸੀ ਰੁਪਈਆਂ ਦਾ ਭਰਿਆ ਬੈਗ। ਭੋਲਾ ਹੋਇਆ ਗ੍ਰਿਫਤਾਰ। ਕਰਮੇ ਬਾਬੇ ਨੇ ਆਪਣੇ ਆਪ ਨੂੰ ਆਖਿਆ ਨਿਰਦੋਸ਼। ਮੰਤਰੀ ਸਾਹਿਬੇ ਬਚ ਗਏ ਜਾਂ ਬਚਾਏ ਗਏ, ਇਹ ਸਭ ਕੁਝ ਜਾਣਨ ਲਈ ਦੇਖਦੇ ਰਹੋ ਮਿਰਚ ਮਸਾਲਾ 24x7 ਘੰਟੇ, ਜੋ ਤੁਹਾਨੂੰ ਹਰ ਸੱਚੀ ਖਬਰ ਨਾਲ ਜੋੜੀ ਰੱਖਦਾ ਆ। ਪੁਲਿਸ ਭੋਲੇ ਨੂੰ ਪੁਲਿਸ ਸਟੇਸ਼ਨ ਲੈ ਜਾਂਦੀ ਆ। ਸੁਧੀਰ ਮੰਤਰੀ ਸਾਹਿਬ ਨਾਲ ਗੱਲ ਕਰਦਾ ਆ। ਮੰਤਰੀ ਸਾਹਿਬ, ਪਰੇਸ਼ਾਨੀ ਲਈ ਮਾਫ਼ੀ ਚਾਹੁੰਦਾ ਆ, ਹੁਣ ਤੁਸੀਂ ਜਾ ਸਕਦੇ ਹੋ। ਹੋ ਗਈ ਤਸੱਲੀ, ਲੱਗ ਗਿਆ ਪਤਾ ਅਸਲੀ ਦੋਸ਼ੀ ਕੌਣ ਆ? ਮੰਤਰੀ ਸਾਹਿਬ, ਤੁਸੀਂ ਜਾ ਸਕਦੇ ਹੋ। ਇੰਸਪੈਕਟਰ ਸੁਧੀਰ ਨੂੰ ਬਦਲਿਆ ਦੇਖ ਕੇ ਮੰਤਰੀ ਗੁੱਸਾ ਦਿਖਾਉਣ ਲੱਗਦਾ ਆ। ਤੂੰ ਮੇਰੀ ਬੇਇੱਜ਼ਤੀ ਲੋਕਾਂ ਵਿੱਚ ਕੀਤੀ ਆ, ਹੁਣ ਤੈਨੂੰ ਮਾਫ਼ੀ ਵੀ ਸਾਰਿਆਂ ਸਾਹਮਣੇ ਹੀ ਮੰਗਣੀ ਪੈਣੀ ਆ, ਨਹੀਂ ਤਾਂ ਤੇਰੀ ਵਰਦੀ ਸ਼ਾਮ ਤੱਕ ਉਤਰੀ ਹੀ ਸਮਝ। ਓਏ ਮੰਤਰੀ, ਜਵਾਨ ਸੰਭਾਲ ਕੇ ਬੋਲ, ਸੱਚਾਈ ਤੈਨੂੰ ਵੀ ਪਤਾ ਆ ਅਤੇ ਮੈਨੂੰ ਵੀ, ਕਿਤੇ ਇੰਝ ਨਾ ਹੋਵੇ ਮੈਂ ਭੋਲੀ ਦੀ ਜਗ੍ਹਾ ਫਿਰ ਤੈਨੂੰ ਬਿਠਾ ਲਵਾਂ। ਤੈਨੂੰ ਤੇਰੀ ਔਕਾਤ ਦਾ ਪਤਾ ਤਾਂ ਚੱਲ ਹੀ ਗਿਆ ਆ ਅਤੇ ਮੇਰੀ ਤਾਕਤ ਦਾ ਵੀ। ਜੇ 5 ਮਿੰਟਾਂ ਵਿੱਚ ਇੱਥੋਂ ਬਾਹਰ ਚਲਾ ਗਿਆ ਤਾਂ ਠੀਕ ਆ, ਨਹੀਂ ਤਾਂ ਮੁਨਸੀ ਸਾਹਿਬ ਕਰ ਦਿਓ ਮੰਤਰੀ ਨੂੰ ਵੀ ਅੰਦਰ। ਕੋਈ ਗੱਲ ਨਹੀਂ, ਮੌਕਾ ਆਉਣ ਦੀ ਤੈਨੂੰ ਵੀ ਦੇਖ ਲਵਾਂਗਾ। ਆਖਦਾ ਮੰਤਰੀ ਤੇਜ਼ੀ ਨਾਲ ਬਾਹਰ ਚਲਾ ਜਾਂਦਾ ਆ। ਮੁਨਸੀ ਜੀ, ਚਾਹ ਹੀ ਮੰਗਵਾ ਲਵੋ, ਸਵੇਰ ਦਾ ਕੁਝ ਵੀ ਖਾਧਾ ਨਹੀਂ? ਮੇਰੇ ਚਾਹ ਪੀ ਕੇ ਲੈਂਦੇ ਹਾਂ ਭੋਲੇ ਦੀ ਇੰਟਰਵਿਊ। ਜੀ ਜਨਾਬ। ਚਾਹ ਪੀਣ ਤੋਂ ਬਾਅਦ ਸੁਧੀਰ ਭੋਲੇ ਨੂੰ ਆਪਣੇ ਦਫ਼ਤਰ ਵਿੱਚ ਬੁਲਾਉਂਦਾ ਆ। ਹਾਂ ਵੀ ਭੋਲਿਆ, ਕੀ ਕਹਿਣਾ ਚਾਹੁੰਦਾ ਆ ਤੂੰ? ਸਾਹਿਬ, ਮੈਂ ਕੀ ਕਹਿਣਾ ਜੀ, ਮੈਨੂੰ ਤਾਂ ਫਸਾਇਆ ਗਿਆ ਆ। ਮੈਂ ਤਾਂ ਸ਼ਤਰੰਜ ਦੀ ਖੇਡ ਦਾ ਉਹ ਮਾਮੂਲੀ ਜਿਹਾ ਮੋਹਰਾ ਆ ਜਿਸ ਨੂੰ ਪਤਾ ਵੀ ਨਹੀਂ ਚੱਲਿਆ ਤੇ ਉਹ ਕੱਟ ਵੀ ਗਿਆ। ਤੂੰ ਮਾਮੂਲੀ ਮੋਹਰਾ ਨਹੀਂ ਆ, ਤੂੰ ਤਾਂ ਬਹੁਤ ਪਹੁੰਚਿਆ ਹੋਇਆ ਖਿਡਾਰੀ ਆ, ਤੂੰ ਤਾਂ ਵੱਡੇ ਵੱਡਿਆਂ ਨੂੰ ਮਾਤ ਦਿੱਤੀ ਆ। ਸਾਹਿਬ, ਤੁਸੀਂ ਆਪ ਹੀ ਸੋਚੋ, ਮੇਰੇ ਕੋਲ 5 ਕਰੋੜ ਰੁਪਏ ਕਿੱਥੋਂ ਆਉਣੇ ਸੀ? ਦੂਜਾ, ਮੇਰਾ ਮੰਤਰੀ ਜੀ ਨਾਲ ਨਾ ਕੋਈ ਦੋਸਤੀ ਆ ਨਾ ਦੁਸ਼ਮਣੀ। ਰਘੂ ਨਾਲ ਤੇਰੀ ਕੀ ਸੀ, ਦੋਸਤੀ ਜਾਂ ਦੁਸ਼ਮਣੀ? ਰਘੂ ਨਾਲ? ਹਾਂ, ਰਘੂ ਨਾਲ। ਹੈਰਾਨ ਕਿਉਂ ਹੋ ਰਿਹਾ ਆ? ਰਘੂ ਨਾਲ ਸਾਹਿਬ ਹੈ ਤਾਂ ਦੋਸਤੀ ਹੀ ਸੀ, ਅਤੇ ਉਹ ਵੀ ਬਚਪਨ ਦੀ, ਪਰ ਬਾਬੇ ਨੇ ਮੇਰੀ ਮੱਤ ਹੀ ਮਾਰ ਦਿੱਤੀ ਅਤੇ ਮੈਂ ਉਸ ਦੇ ਪਿੱਛੇ ਲੱਗ ਕੇ ਰਘੂ ਨੂੰ ਫਸਾ ਦਿੱਤਾ। ਲੈ ਲਿਆ ਸਵਾਦ ਹੀ ਬਾਬੇ, ਕਿਸੇ ਦੇ ਨਹੀਂ ਹੁੰਦੇ, ਇਹ ਤਾਂ ਬਸ ਮਤਲਬ ਹੀ ਹੁੰਦੇ ਹਨ, ਮਤਲਬ ਹੀ। ਸਾਹਿਬ, ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਆ। ਦੇਖ ਬੋਲਿਆ, ਤੈਨੂੰ ਸਜ਼ਾ ਤਾਂ ਹੋਣੀ ਆ, ਪਰ ਜੇ ਤੂੰ ਸਾਡਾ ਸਾਥ ਦੇਵੇਗਾ ਤਾਂ ਮੈਂ ਤੇਰੇ ਲਈ ਸਜ਼ਾ ਘੱਟ ਕਰਨ ਦੀ ਅਪੀਲ ਜ਼ਰੂਰ ਕਰ ਸਕਦਾ ਹਾਂ। ਠੀਕ ਆ ਸਾਹਿਬ, ਜਿਵੇਂ ਤੁਸੀਂ ਆਖੋਗੇ ਮੈਂ ਉਵੇਂ ਹੀ ਕਰਾਂਗਾ। ਪਹਿਲਾਂ ਤਾਂ ਮੈਨੂੰ ਇਹ ਦੱਸ, ਰਘੂ ਦੀ ਗੱਡੀ ਵਿੱਚ ਨਸ਼ਾ ਕਿਸ ਨੇ ਰੱਖਿਆ ਸੀ? ਸਾਹਿਬ, ਮੈਂ ਹੀ ਰੱਖਿਆ ਸੀ। ਰਘੂ ਨੂੰ ਤਾਂ ਇਸ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਸੀ। ਮੈਂ ਹੀ ਗੱਲਾਂ ਵਿੱਚ ਲਗਾ ਕੇ ਉਸਨੂੰ ਸ਼ਹਿਰ ਲੈ ਗਿਆ ਅਤੇ ਰਸਤੇ ਵਿੱਚ ਪਿਸ਼ਾਬ ਕਰਨ ਦੇ ਬਹਾਨੇ ਗੱਡੀ ਵਿੱਚ ਉਤਰ ਗਿਆ। ਪਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ ਕਿ ਥਾਣੇਦਾਰ ਦਿਲਾਵਰ ਸਿੰਘ ਕਿਵੇਂ ਮੌਕੇ 'ਤੇ ਪਹੁੰਚ ਗਿਆ। ਉਸਨੂੰ ਮੈਂ ਹੀ ਫੋਨ ਕਰਕੇ ਸੱਦਿਆ ਸੀ, ਕਿਉਂਕਿ ਇਹ ਸਭ ਕੁਝ ਸਾਡੀ ਬਣਾਈ ਯੋਜਨਾ ਦਾ ਹੀ ਹਿੱਸਾ ਸੀ ਜੋ ਕਰਮੀ ਨੇ ਰਘੂ ਤੋਂ ਬਦਲਾ ਲੈਣ ਲਈ ਬਣਾਈ ਸੀ। ਓਕੇ ਓਕੇ, ਪਰ ਉਹ ਕੈਮਰੇ ਦੇ ਵਿੱਚ ਰਿਕਾਰਡ ਕਿਉਂ ਨਹੀਂ ਹੋਇਆ? ਰਿਕਾਰਡ ਤਾਂ ਹੋਇਆ ਸੀ, ਪਰ ਚਲਾਕੀ ਨਾਲ ਵਿੱਚੋਂ ਵਿੱਚੋਂ ਡਿਲੀਟ ਕਰ ਦਿੱਤਾ ਗਿਆ। ਤੈਨੂੰ ਇਹ ਸਾਰਾ ਬਿਆਨ ਜੱਜ ਸਾਹਿਬ ਅੱਗੇ ਦੇਣਾ ਪੈਣਾ ਹੈ। ਠੀਕ ਆ ਸਾਹਿਬ, ਮੈਂ ਬਿਆਨ ਦੇਣ ਨੂੰ ਤਿਆਰ ਹਾਂ।
ਪਰ ਤੁਸੀਂ ਵੀ ਮੇਰੇ ਨਾਲ ਵਾਅਦਾ ਕਰੋ ਕਿ ਮੈਨੂੰ ਕੁਝ ਨਹੀਂ ਹੋਵੇਗਾ। ਕਰਮਾ ਬਹੁਤ ਖਤਰਨਾਕ ਬੰਦਾ ਆ, ਉਹ ਮੈਨੂੰ ਜੇਲ੍ਹ ਵਿੱਚ ਵੀ ਮਰਵਾ ਸਕਦਾ ਆ। ਮੇਰੇ ਹੁੰਦਿਆਂ ਤੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਰਹੀ ਗੱਲ ਕਰਮੇ ਦੀ, ਉਹ 15 ਦਿਨਾਂ ਦੇ ਵਿੱਚ ਵਿੱਚ ਹੀ ਇਹਨਾਂ ਸਲਾਖਾਂ ਦੇ ਪਿੱਛੇ ਹੋਵੇਗਾ। ਸੁਧੀਰ ਫੋਨ ਕਰਕੇ ਸਾਰੀ ਗੱਲ SSP ਸਾਹਿਬ ਨੂੰ ਦੱਸਦਾ ਹੈ। ਜੈ ਹਿੰਦ ਸਰ। ਜੈ ਹਿੰਦ। ਸੁਧੀਰ ਬੋਲੋ, ਕੀ ਖਬਰ ਆ? ਸਰ, ਥਾਣੇਦਾਰ ਦਿਲਾਵਰ ਸਿੰਘ ਕਰਮੇ ਅਤੇ ਮੰਤਰੀ ਨਾਲ ਮਿਲਿਆ ਹੋਇਆ ਆ। ਉਸਨੇ ਇਹਨਾਂ ਦੋਨਾਂ ਦੇ ਕਹਿਣ ਉੱਤੇ ਹੀ ਰਘੂ ਨੂੰ ਝੂਠੇ ਕੇਸ ਵਿੱਚ ਫਸਾਇਆ ਆ। ਦੇਖ ਲਾ ਸੁਧੀਰ, ਇੱਕ ਤਾਂ ਮੌਜੂਦਾ ਸਰਕਾਰ ਦਾ ਮੰਤਰੀ ਆ, ਦੂਜੇ ਮਸ਼ਹੂਰ ਬਾਬਾ ਆ, ਅਤੇ ਤੀਜਾ ਆਪਣੇ ਆਪ ਹੀ ਡਿਪਾਰਟਮੈਂਟ ਦਾ ਅਫਸਰ ਆ। ਕਿਤੇ ਕੋਈ ਪੰਗਾ ਹੀ ਨਾ ਪੈ ਜਾਵੇ। ਨਹੀਂ ਸਰ, ਮੇਰੇ ਕੋਲ ਪੱਕੇ ਸਬੂਤ ਅਤੇ ਗਵਾਹ ਹਨ ਜੋ ਇਸ ਸਾਰੀ ਗੱਲ ਨੂੰ ਸਾਬਿਤ ਕਰਨਗੇ। ਦੇਖ ਲੈ, ਮੈਂ ਤੇਰੇ ਨਾਲ ਹਾਂ, ਪਰ ਹੱਥ ਤਕੜਾ ਕਰਕੇ ਪਾਉਣਾ ਪੈਣਾ ਆ। ਦੂਜਾ, ਜਦੋਂ ਬਾਬੇ ਦਾ ਮਸਲਾ ਸਾਹਮਣੇ ਆਇਆ ਤਾਂ ਲੋਕਾਂ ਨੇ ਭੜਕ ਪੈਣਾ ਆ। ਬਾਬਾ ਲੋਕਾਂ ਵਿੱਚ ਚੰਗੀ ਥਾਂ ਬਣਾਈ ਬੈਠਾ ਆ। ਸਰ, ਇਸ ਗੱਲ ਤੋਂ ਤੁਸੀਂ ਬੇਫਿਕਰ ਰਹੋ, ਮੈਂ ਪੂਰੀ ਤਿਆਰੀ ਕਰਕੇ ਹੀ ਬਾਬੇ ਨੂੰ ਹੱਥ ਪਾਵਾਂਗਾ। ਮੈਂ ਜਦੋਂ ਤੁਹਾਨੂੰ ਫੋਨ ਕਰਾਂ, ਬਸ ਤੁਸੀਂ ਕਰਮੇ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰਵਾ ਦੇਣਾ। ਬਿਲਕੁਲ ਬਿਲਕੁਲ, ਉਹ ਮੈਂ ਨਾਲ ਦੀ ਨਾਲ ਭੇਜ ਦੇਵਾਂਗਾ। ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ। ਸੁਧੀਰ ਰਘੂ ਨੂੰ ਆਪਣੇ ਦਫ਼ਤਰ ਵਿੱਚ ਬੁਲਾਉਂਦਾ ਆ। ਹਾਂਜੀ ਸਾਹਿਬ, ਰਘੂ ਤੇਰੇ ਲਈ ਖੁਸ਼ਖਬਰੀ ਆ, ਤੈਨੂੰ ਕੱਲ੍ਹ ਹੀ ਜ਼ਮਾਨਤ ਮਿਲ ਜਾਵੇਗੀ। ਜੇ ਰੱਬ ਨੇ ਚਾਹਿਆ ਤਾਂ ਤੇਰਾ ਕੇਸ ਵੀ 1 ਮਹੀਨੇ ਵਿੱਚ ਖਤਮ ਹੋ ਜਾਵੇਗਾ ਅਤੇ ਫਿਰ ਤੂੰ ਆਜ਼ਾਦ ਹੋ ਜਾਵੇਗਾ। ਧੰਨਵਾਦ ਸਾਹਿਬ, ਧੰਨਵਾਦ। ਇਹ ਸਭ ਕੁਝ ਜੇ ਸੰਭਵ ਹੋ ਰਿਹਾ ਆ ਤਾਂ ਤੁਹਾਡੇ ਵਰਗੇ ਇਮਾਨਦਾਰ ਇੰਸਪੈਕਟਰ ਕਰਕੇ ਹੀ ਹੋ ਰਿਹਾ ਆ, ਨਹੀਂ ਤਾਂ ਭੋਲੇ ਵਰਗੇ ਦੋਸਤਾਂ ਨੇ ਤਾਂ ਫਸਾ ਹੀ ਦਿੱਤਾ ਸੀ। ਰਘੂ, ਤੂੰ ਮੇਰੇ ਇਕੱਲੇ ਕਰਕੇ ਨਹੀਂ, ਭੋਲੇ ਕਰਕੇ ਹੀ ਆਜ਼ਾਦ ਹੋ ਰਿਹਾ ਆ। ਭੋਲੇ ਕਰਕੇ? ਇਹ ਕੀ ਕਹਿ ਰਹੇ ਹੋ ਸਾਹਿਬ ਤੁਸੀਂ? ਤੈਨੂੰ ਕੱਲ੍ਹ ਸਾਰਾ ਕੁਝ ਆਪ ਹੀ ਪਤਾ ਚੱਲ ਜਾਵੇਗਾ। ਉਸ ਦਿਨ ਸ਼ਾਮ ਨੂੰ ਮੰਤਰੀ ਗੁੱਸੇ ਵਿੱਚ ਫੋਨ ਕਰਦਾ ਆ। ਉਹ ਦੋਵੇਂ ਹੀ ਇਸ ਗੱਲ ਤੋਂ ਅਣਜਾਣ ਹਨ ਕਿ ਉਹਨਾਂ ਦੇ ਫੋਨ ਰਿਕਾਰਡ ਹੋ ਰਹੇ ਹਨ। ਹੈਲੋ, ਜੈ ਹੋ ਮਹਾਰਾਜ ਦੇ ਮੰਤਰੀ ਸਾਹਿਬ, ਤੂੰ ਆਪਣਾ ਮਹਾਰਾਜ ਆਪਣੇ ਕੋਲ, ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ। ਮੰਤਰੀ ਸਾਹਿਬ, ਮੈਂ ਕੀ ਕੀਤਾ ਹੀ ਆ? ਬਹੁਤਾ ਚਲਾਕ ਨਾ ਬਣ, ਜੇ ਨਹੀਂ ਦੇਣੇ ਸੀ ਪੈਸੇ ਤਾਂ ਨਾ ਦਿੰਦਾ, ਮੇਰੀ ਬੇਇੱਜ਼ਤੀ ਜ਼ਰੂਰ ਕਰਵਾਉਣੀ ਸੀ। ਆਪ ਹੀ ਪੈਸੇ ਦੇਣ ਲਈ ਸੱਦ ਲਿਆ ਅਤੇ ਆਪ ਹੀ ਪੁਲਿਸ ਨੂੰ ਫੋਨ ਕਰਕੇ ਦੱਸ ਦਿੱਤਾ। ਮੰਤਰੀ ਸਾਹਿਬ, ਮੈਨੂੰ ਮਹਾਰਾਜ ਹੀ ਸੌ, ਮੈਂ ਇਸ ਬਾਰੇ ਵਿੱਚ ਕੁਛ ਵੀ ਨਹੀਂ ਜਾਣਦਾ। ਮੈਂ ਤਾਂ ਤੁਹਾਡੇ ਪਿੱਛੇ ਭੋਲੇ ਤੱਕ ਦੀ ਬਲੀ ਦੇ ਦਿੱਤੀ। ਭੋਲੇ ਦੀ ਬਲੀ? ਤੂੰ ਤਾਂ ਮੇਰੀ ਹੀ ਬਲੀ ਦਾ ਪ੍ਰਬੰਧ ਕੀਤਾ ਸੀ। ਉਹ ਤਾਂ ਕਿਸਮਤ ਚੰਗੀ ਸੀ ਕਿ ਮੈਂ ਬਚ ਗਿਆ, ਨਹੀਂ ਤਾਂ ਤੂੰ ਮੈਨੂੰ ਕਿਸੇ ਜੋਗਾ ਵੀ ਨਹੀਂ ਛੱਡਣਾ ਸੀ। ਮੰਤਰੀ ਸਾਹਿਬ, ਜੋ ਤੁਸੀਂ ਸੋਚ ਰਹੇ ਹੋ ਉਸ ਤਰ੍ਹਾਂ ਦਾ ਕੁਛ ਵੀ ਨਹੀਂ ਆ। ਮੈਂ ਹੀ ਕਮਲਾ ਸੀ ਜਿਹੜੀਆਂ ਤੇਰੀਆਂ ਗੱਲਾਂ ਵਿੱਚ ਆ ਗਿਆ। ਤੂੰ ਆਪ ਹੀ ਦੱਸ, ਜਦੋਂ ਉੱਥੇ ਹੈ ਹੀ ਕੋਈ ਨਹੀਂ ਸੀ ਤਾਂ ਆਪਣੀਆਂ ਗੱਲਾਂ ਪੁਲਿਸ ਕੋਲ ਕਿਵੇਂ ਪਹੁੰਚ ਗਈਆਂ? ਹੈਰਾਨੀ ਤਾਂ ਮੰਤਰੀ ਸਾਹਿਬ, ਮੈਨੂੰ ਵੀ ਇਸ ਗੱਲ ਦੀ ਬਹੁਤ ਆ। ਕਿਤੇ ਇਹ ਭੋਲਾ ਹੀ ਤਾਂ ਨਹੀਂ ਮਿਲ ਗਿਆ ਪੁਲਿਸ ਵਾਲਿਆਂ ਨਾਲ? ਤੁਸੀਂ ਸਵੇਰ ਤੱਕ ਇੰਤਜ਼ਾਰ ਕਰੋ, ਮੈਂ ਸਾਰੀ ਖੋਜ ਖਬਰ ਕਰਦਾ ਹਾਂ ਬਾਹਰ। ਮੰਤਰੀ ਗੁੱਸੇ ਵਿੱਚ ਹੀ ਫੋਨ ਰੱਖ ਦਿੰਦਾ ਆ। ਕਰਮਾ ਸੋਚਾਂ ਵਿੱਚ ਪੈ ਜਾਂਦਾ ਆ ਕਿ ਆਖਿਰ ਕੌਣ ਹੋ ਸਕਦਾ ਆ ਜਿਸ ਨੇ ਸਾਰੀ ਖਬਰ ਪੁਲਿਸ ਨੂੰ ਦਿੱਤੀ ਆ। ਬਹਾਦਰ ਤਾਂ ਨਹੀਂ, ਪਰ ਬਹਾਦਰ ਨੂੰ ਤਾਂ ਇਸ ਬਾਰੇ ਵਿੱਚ ਕੁਝ ਪਤਾ ਹੀ ਨਹੀਂ। ਇਸ ਦਾ ਮਤਲਬ ਭੋਲਾ ਹੀ ਆ, ਝੁਕਰਦਾਰ ਆ। ਸਾਰੀ ਰਾਤ ਕਰਮੇ ਦੀ ਸੋਚਾਂ ਵਿੱਚ ਹੀ ਲੰਘਦੀ ਆ। ਅਗਲੇ ਦਿਨ ਸਵੇਰੇ ਹੀ ਇੰਸਪੈਕਟਰ ਸੁਧੀਰ ਮਾਨ ਯੋਗ ਜੱਜ ਸਾਹਿਬ ਦੇ ਸਾਹਮਣੇ ਭੋਲੇ ਦੇ ਬਿਆਨ ਕਰਵਾ ਕੇ ਰਘੂ ਦੀ ਜ਼ਮਾਨਤ ਕਰਵਾ ਲੈਂਦਾ ਆ। ਦਿਲਾਵਰ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਆ ਤਾਂ ਉਹ ਗੁੱਸੇ ਵਿੱਚ ਸੁਧੀਰ ਨੂੰ ਫੋਨ ਕਰਦਾ ਆ। ਹੈਲੋ, ਹਾਂਜੀ ਸੁਧੀਰ ਜੀ, ਤੁਸੀਂ ਤਾਂ ਰਘੂ ਨੂੰ ਕਿਸੇ ਕੇਸ ਦੀ ਪੁੱਛ ਗਿੱਛ ਲਈ ਲੈ ਕੇ ਗਏ ਸੀ? ਹਾਂਜੀ ਬਿਲਕੁਲ, ਪੁੱਛ ਗਿੱਛ ਲਈ ਹੀ ਲੈ ਕੇ ਗਿਆ ਸੀ, ਪਰ ਉਸਦੀ ਤਾਂ ਤੁਸੀਂ ਜ਼ਮਾਨਤ ਕਰਵਾ ਦਿੱਤੀ ਆ। ਥਾਣੇਦਾਰ ਸਾਹਿਬ, ਜਦੋਂ ਅਸਲੀ ਮੁਜ਼ਰਮ ਗ੍ਰਿਫਤਾਰ ਵਿੱਚ ਆ ਗਿਆ ਹੋਵੇ ਤਾਂ ਨਿਰਦੋਸ਼ ਦੀ ਜ਼ਮਾਨਤ ਤਾਂ ਕਰਵਾਉਣੀ ਬਣਦੀ ਹੀ ਸੀ। ਇਹ ਫੈਸਲਾ ਕਰਨ ਵਾਲੇ ਤੁਸੀਂ ਕੌਣ ਹੁੰਦੇ ਹੋ? ਜਨਾਬ, ਇਹ ਫੈਸਲਾ ਮੈਂ ਨਹੀਂ, ਮਾਨਯੋਗ ਜੱਜ ਸਾਹਿਬ ਨੇ ਕੀਤਾ ਆ। ਦਿਲਾਵਰ ਗੁੱਸੇ ਵਿੱਚ ਫੋਨ ਕੱਟ ਦਿੰਦਾ ਆ। ਉਹ ਨਾਲ ਦੀ ਨਾਲ ਬਾਬੇ ਨਾਲ ਗੱਲ ਕਰਦਾ ਆ। ਜੈ ਹੋ ਮਹਾਰਾਜ ਸੀ ਬਾਬਾ ਜੀ, ਜੈ ਹੋ ਜੈ ਹੋ। ਹਾਂਜੀ ਥਾਣੇਦਾਰ ਸਾਹਿਬ, ਬਾਬਾ ਜੀ ਤੁਹਾਡੇ ਦੁਸ਼ਮਣ ਦੀ ਜ਼ਮਾਨਤ ਹੋ ਗਈ ਆ। ਕਿਹੜੇ ਦੁਸ਼ਮਣ ਦੀ? ਰਘੂ ਦੀ, ਹੋਰ ਕਿਹੜੇ ਦੀ? ਕਿਸ ਨੇ ਕਰਵਾਈ ਆ? ਸੁਧੀਰ ਨੇ। ਹੋਰ ਕਿਸ ਨੇ ਕਰਵਾਉਣੀ ਸੀ? ਉਹ ਵੀ ਆਪ ਜਾ ਕੇ ਜੱਜ ਤੋਂ? ਇਹ ਤਾਂ ਤੂੰ ਮਾੜੀ ਖਬਰ ਹੀ ਸੁਣਾਈ ਆ। ਹੁਣ ਰਘੂ ਪੁਲਿਸ ਦਾ ਗਵਾਹ ਬਣ ਜਾਣਾ ਆ। ਇਸ ਤੋਂ ਪਹਿਲਾਂ ਉਹ ਆਪਣਾ ਕੰਮ ਕਰੇ, ਮੈਂ ਉਸਦਾ ਹੀ ਕੰਮ ਕਰਵਾ ਦੇਣਾ ਆ। ਤੂੰ ਬੇਫਿਕਰ ਹੋ ਜਾ, ਜੋ ਵੀ ਕਰਵਾਉਣਾ ਹੈ ਜਲਦੀ ਕਰਵਾਓ। ਠੀਕ ਹੈ ਠੀਕ ਆ, ਕਰਵਾ ਦਿੰਦੇ ਹਾਂ। ਮੈਂ ਹੁਣੇ ਹੀ ਸੁਨੇਹਾ ਲਗਾਉਂਦਾ ਹਾਂ ਰਾਜੇ ਨੂੰ, ਜੋ ਵੀ ਕਰਨਾ ਬਹੁਤ ਧਿਆਨ ਨਾਲ ਕਰਨਾ। ਉਹ ਸੁਧੀਰ ਦੀ ਅੱਖ
ਤੁਹਾਡੇ ਉੱਤੇ ਹੀ ਆ। ਜੈ ਹੋ ਮਹਾਰਾਜ ਜੀ। ਸਾਰੀ ਗੱਲ ਕੰਪਿਊਟਰ ਆਪਰੇਟਰ ਆ ਕੇ ਸੁਧੀਰ ਨੂੰ ਦੱਸ ਆਇਆ, ਤੁਸੀਂ ਸਾਰੀ ਗੱਲ ਰਿਕਾਰਡ ਤਾਂ ਕਰੀ ਜਾ ਰਹੇ ਹੋ ਨਾ? ਜੀ ਸਰ, ਬਿਲਕੁਲ, ਵੈਰੀ ਗੁੱਡ, ਵੈਰੀ ਗੁੱਡ। ਹਵਲਦਾਰ ਸਾਹਿਬ, ਪਹਿਲਾਂ ਤਾਂ ਰਾਜੇ ਬਾਰੇ ਪਤਾ ਕਰੋ ਕਿ ਹੈ ਕੌਣ। ਦੂਜਾ, ਰਘੂ ਦੀ ਸੁਰੱਖਿਆ ਦਾ ਪੂਰਾ ਪ੍ਰਬੰਧ ਕਰੋ। ਇਸਨੂੰ ਕੁਛ ਵੀ ਨਹੀਂ ਹੋਣਾ ਚਾਹੀਦਾ, ਇਸਨੂੰ ਬਚਾਉਣਾ ਆਪਣੀ ਜ਼ਿੰਮੇਵਾਰੀ। ਜੀ ਜਨਾਬ, ਉਹ ਗੱਲਾਂ ਕਰ ਹੀ ਰਹੇ ਹੁੰਦੇ ਹਨ ਕਿ ਇੱਕ ਬੰਦਾ ਬਾਹਰ ਇੰਸਪੈਕਟਰ ਸੁਧੀਰ ਨੂੰ ਜਲਦੀ ਮਿਲਣ ਦੀ ਜਿੱਦ ਕਰ ਰਿਹਾ ਹੁੰਦਾ ਆ। ਤੈਨੂੰ ਕਿਹਾ ਨਾ? ਧੰਨਵਾਦ ਜੀ। ਅਗਲਾ ਭਾਗ ਕੱਲ੍ਹ ਸ਼ਾਮ 5 ਵਜੇ ਲੈ ਕੇ ਹਾਜ਼ਰ ਹੋਵਾਂਗੀ ਜੀ। ਬਣੇ ਰਹੋ ਚੈਨਲ ਦੇ ਨਾਲ, ਕਮੈਂਟ ਕਰਕੇ ਜ਼ਰੂਰ ਆਪਣੀ ਰਿਵਿਊ ਦਿਆ ਕਰੋ ਜੀ ਕਿ ਇਹ ਕਹਾਣੀ ਤੁਹਾਨੂੰ ਕਿਵੇਂ ਲੱਗ ਰਹੀ ਆ। ਸਤਿ ਸ਼੍ਰੀ ਅਕਾਲ ਜੀ।